ਅਸੀਂ ਮੰਡੀ ਰਾਜੋਕੇ ਦੇ ਸਮੂਹ ਆੜ ਤੇ ਅੱਜ ਮੰਡੀ ਵਿਚ ਇਕੱਠੇ ਹੋਏ ਆ। ਸਾਡੀ ਮੰਡੀ ਦੇ ਵਿਚ ਝੋਨੇ ਦੀ ਆਮਦ ਬਹੁਤ ਤੇਜ਼ੀ ਨਾਲ ਸ਼ੁਰੂ ਹੋਈ। 16 ਤਰੀਕ ਨੂੰ ਖਰੀਦ ਹੋਈ ਤੇ ਤਕਰੀਬਨ 30,000 ਜਿਹੜਾ ਬੈਗ ਆ ਮੰਡੀ ਦੇ ਵਿਚ ਭਰਿਆ ਪਿਆ ਵਾ, ਜਿਹਦੇ ਵਿਚੋਂ ਸ਼ਾਇਦ 1-2 ਗੱਡੀਆਂ ਪਹਿਣ ਦਾ ਪਵੇ। 1500-1600 ਬੈਗ ਜਿਹੜਾ ਉਹ ਲਿਫਟ ਕੀਤਾ ਤੇ ਉਹ ਵੀ ਕੀਤਾ ਕੁਆਲਿਟੀ 14। ਝੋਨਾ ਜਿਹੜਾ ਵਾ ਬਹੁਤ ਕੁਆਲਿਟੀ ਦਾ ਵਾ, ਸੁੱਕਾ ਵਾ, ਕੋਈ ਵੀ ਢੇਰੀ ਜਿਹੜੀ ਆ 17 ਮੋਰਚਰ ਤੋਂ ਵੱਧ ਨਹੀਂ ਗਾ, 15-16-14 ਤੱਕ ਵੀ ਹੈਗਾ ਵਾ। ਪਰ ਜਿਹੜੀ ਇਸ ਵੇਲੇ ਸਥਿਤੀ ਬਣਦੀ ਜਾ ਰਹੀ ਆ, ਕਿਸਾਨ ਕਹਿ ਰਹੇ ਆ ਕਿ ਤੁਸੀਂ ਸਾਡਾ ਮਾਲ ਭਰੋ, ਪਰ ਜੇ ਅਸੀਂ ਮਾਲ ਭਰਦੇ ਹਾਂ ਤੇ ਮਾਲ ਨੂੰ ਚੁੱਕਣ ਨੂੰ ਸ਼ੈਲਡਰ ਵਾਲੇ ਤਿਆਰ ਨਹੀਂ ਆ ਤੇ ਜਦੋਂ ਇਹਦੇ ਚੱਕੇ ਲੱਗ ਗਏ ਮਾਲ ਖਰਾਬ ਹੋ ਜਾਣਾ ਵਾ। ਪਿਛਲੀ ਵਾਰ ਮਾਲ ਖਰਾਬ ਹੋਣ ਦੇ ਕਾਰਨ ਸਾਡੇ ਆੜ੍ਹਤੀ ਭਰਾਵਾਂ ਨੇ ਸਾਨੂੰ 15-15 ਲੱਖ 20-20 ਲੱਖ ਰੁਪਈਆ ਠੋਕਿਆ ਵਾ। ਤੇ ਇਸ ਵੇਲੇ ਜਿਹੜੀਆਂ ਸ਼ੈਲਡਰ ਵਾਲਿਆਂ ਪਾਸੋਂ ਜਿਹੜੀਆਂ ਗੱਲਾਂ ਆਉਣ ਰਹੀਆਂ ਸੁਣ ਦੇ ਵਿੱਚ, ਉਹ ਬਹੁਤੀਆਂ ਚੰਗੀਆਂ ਨਹੀਂ ਆ ਰਹੀਆਂ। ਉਹ ਕੁਛ ਨਾ ਕੁਛ ਹੋਰ ਹੀ ਤਰੀਕੇ ਨਾਲ ਪੁੱਠੀਆਂ ਸਿੱਧੀਆਂ ਜਿਹੀਆਂ ਗੱਲਾਂ ਸਾਨੂੰ ਸੁਣਾਉਂਦੇ ਆ ਕਿ ਮੰਡੀ 'ਚ ਅਸੀਂ ਆਈਏ, ਕੀ ਕਰੋਗੇ, ਕਿਵੇਂ ਕਰੋਗੇ। ਅਸੀਂ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਸਾਡਾ ਸਾਥ ਦਿਓ, ਆਪਾਂ ਕੁਝ ਨਾ ਕੁਝ ਸਖ਼ਤ ਕਦਮ ਚੁੱਕੀਏ ਤਾਂ ਕਿ ਜਿਹੜੇ ਸ਼ੈਲਡਰਾਂ ਵਾਲਿਆਂ ਨੂੰ ਸਰਕਾਰ ਉਹਨਾਂ ਦੇ ਉੱਤੇ ਜੋ ਵੀ ਉਹਨਾਂ ਨਾਲ ਸੰਧੀ ਕਰਨੀ, ਉਹਨਾਂ ਦਾ ਫੈਸਲਾ ਕਰਨਾ, ਜੋ ਹੱਕ ਮੰਗਦੇ ਆ ਸਰਕਾਰ ਉਹਨਾਂ ਨੂੰ ਦੇਵੇ, ਤਾਂ ਕਿ ਸਾਡਾ ਮਾਲ ਖਰੀਦਿਆ ਹੋਇਆ ਮੰਡੀਆਂ 'ਚੋਂ ਚੁੱਕਿਆ ਜਾਵੇ। ਸਾਡਾ ਕਿਸਾਨ ਵੀਰ ਨਾ ਰੋਲੇ, ਅਸੀਂ ਪ੍ਰਸ਼ਾਸਨ